ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਪ੍ਰਗਟ ਬਟੂਆ। ਕਈ ਦਿਨਾਂ ਤੋਂ ਤੁਸੀਂ ਦੇਖਦੇ ਪਏ ਕਿ ਭੰਗੜੇ ਵਾਲੇ ਮੁੰਡੇ ਦੀ ਵੀਡੀਓ ਬਹੁਤ ਵਾਇਰਲ ਹੋਈ ਹੈ, ਪੱਗ ਨੂੰ ਲੈ ਕੇ ਚਰਚਾ ਹੋ ਰਹੀ ਹੈਗੀ, ਅਤੇ ਦੂਜੇ ਪਾਸੇ ਕਈ ਸਾਡੇ ਵੀਰ ਉਹਦੇ ਨਾਲ ਜੱਗੀ ਬਾਬੇ ਦੀ ਫੋਟੋ ਲਾਉਂਦੇ ਨੇ। ਤੁਸੀਂ ਸਾਰੇ ਜਣੇ ਭਲੀ ਭਾਂਤ ਜਾਣਦੇ ਹੋਗੇ ਕਿ ਜੱਗੀ ਬਾਬਾ ਉਹ ਯੋਧਾ, ਉਹ ਰੰਗਰੇਟਾ ਹੈਗਾ ਜਿਹੜਾ ਦਿੱਲੀ ਮੋਰਚੇ ਦੇ ਵਿੱਚ ਆਪਣੀ ਪੱਗ ਦੀ ਖਾਤਰ ਜਿਹਨੇ ਆਪਣਾ ਸਿਰ ਪੜਵਾਇਆ, ਆਪਣਾ ਲਹੂ ਵਹਾਇਆ, ਪਰ ਪੱਗ ਨਹੀਂ ਛੱਡ ਕੇ ਆਇਆ। ਵਰਦੀਆਂ ਗੋਲੀਆਂ ਦੇ ਵਿੱਚ, ਵਰਦੀਆਂ ਡਾਂਗਾਂ ਦੇ ਵਿੱਚ ਉਹ ਯੋਧਾ ਆਪਣੀ ਪੱਗ ਚੱਕ ਕੇ ਲਿਆਇਆ। ਮੇਰੇ ਵੀਰਿਓ, ਤੁਸੀਂ ਜੋ ਮਰਜ਼ੀ ਕਹੋ, ਉਹਨੂੰ ਚੰਗਾ ਕਹੋ, ਭੰਗੜੇ ਵਾਲੇ ਨੂੰ ਮਾੜਾ ਕਹੋ, ਜਿੱਦਾਂ ਦਾ ਮਰਜ਼ੀ ਕਹੋ, ਪਰ ਜੱਗੀ ਬਾਬੇ ਦੇ ਨਾਲ ਨਾ ਮਿਲੋ। ਕਿਉਂਕਿ ਮੈਂ ਜੱਗੀ ਬਾਬੇ ਨੂੰ ਪਰਸਨਲੀ ਤੌਰ ਦੇ ਉੱਤੇ ਜਾਣਦਾ, ਮੈਂ ਕਈ ਵਾਰ ਮਿਲਿਆ ਉਹਨਾਂ ਨੂੰ। ਉਹ ਫਕੀਰ ਬੰਦਾ, ਉਹ ਰੱਬ ਦਾ ਪਿਆਰਾ, ਉਹ ਗੁਰੂ ਦਾ ਪਿਆਰਾ, ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ। ਜੇ ਮੈਂ ਉਹਨਾਂ ਨੂੰ ਕਈ ਵਾਰ ਮਿਲਿਆ ਵੀ ਆ, ਪੈਰੀਆਂ ਥਲਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਵੀ ਉਹ ਬੁੱਕਲ ਦੇ ਵਿੱਚ ਲੈ ਲੈਂਦਾ। ਉਹਦੀ ਐਡੀ ਨਿਮਰਤਾ, ਉਹ ਐਡਾ ਫੱਕਰ ਬੰਦਾ ਅਤੇ ਐਡਾ ਗੁਰੂ ਦਾ ਪਿਆਰਾ, ਐਡਾ ਗੁਰੂ ਦਾ ਪੱਕਾ ਸਿੱਖ ਹੈ, ਉਹਨੂੰ ਇਹੋ ਜਿਹੇ ਦੇ ਨਾਲ ਨਾ ਮਿਲੋ। ਹੱਥ ਜੋੜ ਕੇ ਬੇਨਤੀ ਆ ਪੰਜਾਬੀਓ, ਦੇਖ ਲਿਆ ਕਰੋ ਕਿਹਦਾ ਕੀ ਮੁਕਾਮ ਹੁੰਦਾ ਅਤੇ ਕਿਹਦਾ ਕੀ ਮੁਕਾਮ ਹੁੰਦਾ। ਐਵੇਂ ਨਾ ਚੱਕ ਕੇ ਇਹੋ ਜਿਹੇ ਯੋਧਿਆਂ ਦੀਆਂ ਫੋਟੋਆਂ ਕਿਸੇ ਆਮ ਬੰਦੇ ਦੇ ਨਾਲ ਲਾ ਦਿਆ ਕਰੋ, ਆਮ ਨੱਚਣ ਵਾਲੇ ਦੇ ਨਾਲ ਲਾ ਦਿਆ ਕਰੋ ਫੋਟੋਆਂ। ਉਹ ਇੱਕ ਆਮ ਮੁੰਡਾ, ਮੈਨੂੰ ਨਹੀਂ ਪਤਾ ਉਹ ਕੌਣ ਆ, ਕਿੱਥੋਂ ਦਾ, ਪਰ ਜੱਗੀ ਬਾਬੇ ਨਾਲ ਉਹਦਾ ਕੋਈ ਮੇਲ ਨਹੀਂ। ਹੱਥ ਜੋੜ ਕੇ ਬੇਨਤੀ ਆ ਪੰਜਾਬੀਓ, ਉਹ ਜੱਗੀ ਬਾਬੇ ਹੁਣੀ ਸਾਡੇ ਯੋਧੇ ਨੇ, ਅਤੇ ਯੋਧਿਆਂ ਦੇ ਨਾਲ ਆਮ ਬੰਦੇ ਦੀ ਫੋਟੋ ਜੱਚਦੀ ਨਹੀਂ ਹੁੰਦੀ ਕਦੇ।